या जय माता दी, जैसे कि आज आपके परिवार में जागरण हुआ तो हमें पता लगा कि जैसे कि आप दिल्ली से आए हैं तो आपने तो लाइफ में कभी ना कभी चंचल जी को सुना होगा, नागेंद्र चंचल जी को। बचपन क्या बात है, जिनको पापा जी क्या के दुनिया क्या के उन्होंने नवाज दी सी, तो क्या आप कहना चाहेंगे ये कन्हैया चंचल फ्रॉम लुधियाना, ये नागेंद्र चंचल जी के शागिर्द हैं, आपको कैसा लगता है? कन्हैया चंचल जी के ऊपर तो एक तो माता रानी वैष्णो माता की कृपा बहुत है और नरेंद्र चंचल जी का आशीर्वाद शुरू से लेकर अब तक बना है और आगे बना रहेगा। क्या बात है? मैं दिल्ली तो स्पेशल चल के आया, मेरे घर का ही जागरण है, मेरे चाचा ही घर से जागरण होया, तो ऐसा लग रहा है कन्हैया चंचल जी गा रहे, ऐसा लग रहा है नरेंद्र चंचल जी गा रहे। क्या बात है, अभी बचपन तो सुनते आ रहे हैं। ठीक है, अभी बचपन तो सुनते आ रहे हैं, लगे ही नहीं कि कोई अदर बंदा कोई गा रहा है, कोई कुछ मिक्सिंग हो रही है, ਗਾਇਕਾ ਚੱਲਿਆ ਬੋਲ ਕੋਈ ਹੋ ਰਿਹਾ ਲਿਪਸਿੰਗ, ਐਲਾ ਚੰਚਲ ਨੂੰ ਸੁਣ ਰਿਹਾ। ਮੈਂ ਕਰਿਆ ਚੰਚਲ ਨੂੰ ਫੇਸਬੁੱਕ 'ਤੇ ਲਾਈਵ ਦੇਖਦਾ, ਪ੍ਰੋਗਰਾਮ ਦੇਖਦਾ, ਕੱਲ੍ਹ ਵੀ ਪਾਈ ਹੋਈ ਸੀ ਇਹਨਾਂ ਨੇ ਐਡ ਨੇ, ਓਕੇ, ਪਰ ਮੈਂ ਕਹਿੰਦਾ ਨਜ਼ਾਰਾ ਆ ਗਿਆ। ਇੱਕ ਤਾਂ ਪਹਿਲੀ ਗੱਲ ਤਾਂ ਸਾਡੇ ਵਰਗੇ ਅਸੀਂ 30-32 ਸਾਲ ਨੂੰ ਸਾਰੀ ਰਾਤ ਬਹਿ ਕੇ ਸੁਣਨਾ ਬਹੁਤ ਔਖਾ, ਪਰ ਸਾਡਾ ਤਾਂ ਜਾਨ ਨੂੰ ਦਿਲ ਨਹੀਂ ਕੀਤਾ। ਅਸੀਂ ਕਹਿੰਦੇ ਹਾਂ ਮਾਤਾ ਰਾਣੀ ਤੋਂ ਇਹੀ ਅਰਦਾਸ ਕਰਦੇ ਹਾਂ ਕਿ ਕਨ੍ਹੈਆ ਚੰਚਲ 'ਤੇ ਆਸ਼ੀਰਵਾਦ ਸਦਾ ਹਮੇਸ਼ਾ ਬਣਿਆ ਰਹੇ। ਸਭ ਤੋਂ ਵੱਡੀ ਗੱਲ ਕੀ ਆ, ਜਦੋਂ ਮਾਤਾ ਜੀ ਨਾਲ ਆਏ, ਮੈਂ ਬੜੇ ਰੀਅਲ ਕਲਾਕਾਰ ਦੇਖੇ ਆ, ਕਲਾਕਾਰ ਨਹੀਂ ਕਹਿੰਦੇ ਆਪਾਂ, ਸੇਵਾਦਾਰ ਕਹਿੰਦੇ ਹਾਂ, ਜਿਹੜੇ ਆਪਣੇ ਮਾਂ ਪਿਓ ਨੂੰ ਨਾਲ ਲੈ ਕੇ ਆਉਂਦੇ ਆ। ਹਾਂਜੀ, ਮੰਮੀ ਨੂੰ ਨਾਲ ਹੀ ਰੱਖਦੇ ਆ, ਪਤਾ ਲੱਗਾ। ਇਹ ਬੜਾ ਰੀਅਲ ਦੇਖੋ, ਸ਼ਾਇਦ ਮੈਂ ਪਹਿਲੀ ਵਾਰੀ ਦੇਖਿਆ, ਮੈਂ ਕੋਈ ਭਰਾ ਲੈ ਕੇ ਆਉਂਦਾ, ਕੋਈ ਚੀਜ਼ਾਂ ਲੈ ਕੇ ਆਪਣੀ ਮਾਂ ਨੂੰ ਲੈ ਕੇ। ਸਭ ਤੋਂ ਵੱਡੀ ਗੱਲ ਇਹ ਆ, ਉਹਨਾਂ ਦਾ ਆਸ਼ੀਰਵਾਦ ਪਹਿਲਾਂ। ਦੂਸਰਾ ਤੁਸੀਂ ਦੇਖਿਆ ਹੋਣਾ ਮਾਂ ਦੀ ਪਿੰਡੀ ਮਾਂ ਚਿੰਤਪੁਰਨੀ ਦੀ ਵੀ ਆਪਣੇ ਨਾਲ ਹੀ ਨਾਲ ਲੈ ਕੇ, ਦਰਬਾਰ ਬਹੁਤ ਸੋਹਣਾ ਸਜਾਇਆ, ਕੋਈ ਫੋਰਮੈਲਿਟੀ ਨਹੀਂ, ਕੋਈ ਐਸਾ ਨਹੀਂ ਜਿਹਦੀ ਕੋਈ ਡਿਮਾਂਡ ਆ, ਜਿਹਦੀ ਕੋਈ ਇੱਛਾ ਗਾਣਾ ਨਹੀਂ। ਰੰਗ ਬੰਨ ਤੇ ਅਸੀਂ ਕਹਿੰਦੇ ਹਾਂ, ਅਸੀਂ ਸਾਡਾ ਮਲਹੋਤਰਾ ਪਰਿਵਾਰ ਹਰ ਸਾਲ ਚਲੋ 6 ਮਹੀਨੇ ਕਹਿੰਦੇ ਸਾਲ ਦੇ ਜਾਗਰਣ ਕਨ੍ਹੈਆ ਚੰਚਲ ਕੋਲ ਜ਼ਰੂਰ ਪਾਈਏ। ਅਸੀਂ ਇਹਨਾਂ ਵਿੱਚ ਨਰਿੰਦਰ ਚੰਚਲ ਦਾ ਰੂਪ ਦੇਖੇ ਤੇ ਅਸੀਂ ਸਾਨੂੰ ਦੁਬਾਰਾ ਫਿਰ ਲੱਗੇ, ਆਪਾਂ ਨਰਿੰਦਰ ਚੰਚਲ ਬਚਪਨ ਤੋਂ ਚੱਲਦੇ ਆ ਰਹੇ ਹਾਂ, ਜਵਾਨੀ ਤੱਕ ਬੁਢਾਪਾ ਦੇਖ ਰਿਹਾ, ਫਿਰ ਕਨ੍ਹੈਆ ਚੰਚਲ ਨੂੰ ਦੇਖਦੇ ਰਹੇ। ਠੀਕ ਹੈ, ਠੀਕ ਹੈ ਜੀ, ਜੈ ਮਾਤਾ ਦੀ।